to Lockdown Tech Study YouTube channel. So today is the topic of topology. ਅੱਜ ਆਪਾਂ ਦੇਖਣਾ ਆ ਕਿ ਕੰਪਿਊਟਰ ਨੈਟਵਰਕਸ ਦੇ ਵਿੱਚ ਟੋਪੋਲੋਜੀਸ ਕਿਉਂ ਯੂਜ਼ ਕੀਤੀਆਂ ਜਾਂਦੀਆਂ ਆ, ਉਹਦੇ ਕਿਹੜੇ ਫੈਕਟਰਸ ਹੁੰਦੇ ਨੇ ਅਤੇ ਉਸਦੀਆਂ ਕਿਹੜੀਆਂ ਟਾਈਪਸ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਡਿਵਾਈਸਿਸ ਨੂੰ ਆਪਸ ਵਿੱਚ ਕਨੈਕਟ ਕਰਨ ਦੇ ਲਈ ਯੂਜ਼ ਕਰਦੇ ਹਾਂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੇਸਿਕ ਜਦੋਂ ਆਪਾਂ ਇੱਕ ਡਿਵਾਈਸ ਨੂੰ ਦੂਸਰੀ ਡਿਵਾਈਸ ਦੇ ਨਾਲ ਕਨੈਕਟ ਕਰਦੇ ਹਾਂ ਤਾਂ ਉਸਦੇ ਵਿੱਚ ਕੋਈ ਨਾ ਕੋਈ ਮੀਡੀਅਮ ਯੂਜ਼ ਕੀਤਾ ਜਾਂਦਾ ਆ, ਅਤੇ ਉਹ ਮੀਡੀਅਮ ਕੋਈ ਵੀ ਵਾਇਰਲੈਸ ਵੀ ਹੋ ਸਕਦਾ ਔਰ ਵਾਇਰਡ ਵੀ ਹੋ ਸਕਦਾ ਆ। ਅਤੇ ਉਹਨਾਂ ਜਿਹੜੇ ਮੀਡੀਅਮ ਨੂੰ ਯੂਜ਼ ਕੀਤਾ ਜਾਂਦਾ ਉਹਦੇ ਨਾਲ ਆਪਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਟੋਪੋਲੋਜੀ ਯੂਜ਼ ਕਰਦੇ ਹਾਂ ਜਿਹੜੀ ਕਿ ਉਸ ਜੋ ਵੀ ਆਪਾਂ ਨੈਟਵਰਕ ਯੂਜ਼ ਕਰ ਰਹੇ ਹਾਂ ਜਾਂ ਇੱਕ ਡਿਵਾਈਸ ਨੂੰ ਦੂਸਰੀ ਡਿਵਾਈਸ ਦੇ ਨਾਲ ਕਨੈਕਟ ਕਰਨ ਦੇ ਲਈ ਜੋ ਮੀਡੀਅਮ ਯੂਜ਼ ਕਰ ਰਹੇ ਹਾਂ ਤਾਂ ਉਹ ਟੋਪੋਲੋਜੀ ਦੇ ਉੱਤੇ ਬੇਸ ਹੋ ਜਾਂਦਾ ਆ ਕਿ ਇਹਦੀ ਬੈਂਡਵਿਡਥ ਕੀ ਹੋਵੇਗੀ, ਇਸਦੀ ਕੋਸਟ ਕਿੰਨੀ ਪਵੇਗੀ, ਇਸਦੀ ਰਿਲਾਇਬਿਲਟੀ ਕਿਹੋ ਜਿਹੀ ਹੋਵੇਗੀ। ਇਸ ਤਰ੍ਹਾਂ ਦੇ ਜੋ ਫੈਕਟਰਸ ਨੇ ਉਹ ਟੋਪੋਲੋਜੀਸ ਦੇ ਵਿੱਚ ਆ ਜਾਂਦੇ ਨੇ ਕਿ ਆਪਾਂ ਇੱਕ ਡਿਵਾਈਸ ਨੂੰ ਕਿੰਨੀਆਂ ਡਿਵਾਈਸਿਸ ਦੇ ਨਾਲ ਕਨੈਕਟ ਕਰ ਸਕਦੇ ਹਾਂ ਔਰ ਉਸਦੇ ਵਿੱਚ ਕਿਹੜੀ ਟੋਪੋਲੋਜੀ ਨੂੰ ਆਪਾਂ ਯੂਜ਼ ਕਰਕੇ ਉਸਨੂੰ ਬਹੁਤ ਹੀ ਜ਼ਿਆਦਾ ਰਿਲਾਇਬਲ ਕਰ ਸਕਦੇ ਹਾਂ। ਸੋ ਜਾਣਦੇ ਹਾਂ ਸਭ ਤੋਂ ਪਹਿਲਾਂ ਟੋਪੋਲੋਜੀ ਬਾਰੇ। ਇਨ ਟੋਪੋਲੋਜੀ ਦ ਵੇਰੀਅਸ ਨੋਡਸ ਔਰ ਕੰਪਿਊਟਰਸ are connected physically and together. ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਵੇਰੀਅਸ ਨੋਡਸ ਔਰ ਜਾਂ ਕੰਪਿਊਟਰ ਕਹਿ ਸਕਦੇ ਹੋ ਤੁਸੀਂ ਜਾਂ ਫਿਰ ਵਰਕ ਸਟੇਸ਼ਨ ਵੀ ਕਹਿ ਸਕਦੇ ਹੋ ਕਿ ਜਦੋਂ ਆਪਣੀਆਂ ਵੇਰੀਅਸ ਨੋਡਸ ਔਰ ਕੰਪਿਊਟਰਸ ਕਨੈਕਟਡ ਹੁੰਦੀਆਂ ਆ, ਫਿਜ਼ੀਕਲੀ ਉਹਨਾਂ ਨੂੰ ਕਨੈਕਟ ਕੀਤਾ ਜਾਂਦਾ ਆ ਔਰ ਉਹ ਇੱਕ ਦੂਸਰੇ ਦੇ ਨਾਲ ਹੁੰਦੀਆਂ, ਟੁਗੈਦਰ ਹੁੰਦੀਆਂ ਆ, ਸੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਟੋਪੋਲੋਜੀ। ਅਤੇ ਟੋਪੋਲੋਜੀ ਜਿਹੜੀ ਆ ਇਟ ਡਿਫਾਈਨ ਔਰ ਤੁਸੀਂ ਕਹਿ ਸਕਦੇ ਹੋ ਕਿ ਡਿਟਰਮਾਈਨ it determines the pathway ki assi agar is link is device to dusre device tak koi data transfer karna ta oda pathway ki hovega, usdi bandwidth kinni hovegi, usdi capacity kinni hovegi, ਇਹ ਸਾਰਾ ਕੁਝ ਜੋ ਵੀ ਆ ਇਹ ਕੌਣ ਡਿਸਾਈਡ ਕਰਦਾ, ਡਿਟਰਮਾਈਨ ਕਰਦਾ, ਡਿਫਾਈਨ ਕਰਦਾ, ਟੋਪੋਲੋਜੀ ਕਰਦੀ ਆ। ਉੱਤੋਂ ਆਪਾਂ ਨੂੰ ਪਤਾ ਲੱਗਦਾ ਆ ਕਿ ਅਗਰ ਇਹ ਇੰਨੀਆਂ ਸਾਰੀਆਂ ਡਿਵਾਈਸਿਸ ਆ, ਇਹਨਾਂ ਤੱਕ ਕੋਈ ਡੇਟਾ ਸੈਂਡ ਕਰਨਾ ਜਾਂ ਇਹਨਾਂ ਡਿਵਾਈਸਿਸ ਨੇ ਇੱਥੇ ਡੇਟਾ ਸੈਂਡ ਕਰਨਾ, ਤਾਂ ਆਪਾਂ ਕਿਹੜੀ ਟੋਪੋਲੋਜੀ ਯੂਜ਼ ਕਰਾਂਗੇ ਔਰ ਉਸ ਟੋਪੋਲੋਜੀ ਦੀ ਕਪੈਸਿਟੀ ਕਿੰਨੀ ਹੋਵੇਗੀ, ਕਿੰਨਾ ਡੇਟਾ ਉਹ ਸੈਂਡ ਕਰ ਸਕਦੀ ਆ ਔਰ ਉਸਦਾ ਜਿਹੜੀ ਬੈਂਡਵਿਡਥ ਆ ਉਹ ਕਿੰਨੀ ਹੋਵੇਗੀ, ਅਗਰ ਵਾਇਰਡ ਆ ਤਾਂ ਉਹ ਜਿਸ ਤਰ੍ਹਾਂ ਕਿ ਅਗਰ ਵਾਇਰਡ ਹੋਵੇਗੀ ਤਾਂ ਫਿਰ ਉਹਦੇ ਵਿੱਚ ਕਿੰਨੀ ਜ਼ਿਆਦਾ ਵਾਇਰ ਜਿਹੜੀ ਆ ਯੂਜ਼ ਹੋਵੇਗੀ, ਉਹ ਸਾਰਾ ਡਿਪੈਂਡ ਕਰਦਾ ਹੈ ਟੋਪੋਲੋਜੀ ਦੇ ਉੱਤੇ। ਸੋ ਟੋਪੋਲੋਜੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਣੇ, ਇਹਦੇ ਆਪਾਂ ਕੁਝ ਫੈਕਟਰਸ ਦੇਖ ਲੈਂਦੇ ਹਾਂ। ਸੋ ਦੇਖਦੇ ਹਾਂ ਕਿ ਟੋਪੋਲੋਜੀ ਦੇ ਫੈਕਟਰਸ ਕੀ ਹੋ ਸਕਦੇ ਆ। ਜਿੱਦਾਂ ਕਿ ਫਸਟ ਮੈਂ ਇੱਥੇ ਜਿਹੜੇ ਆ ਕੁਝ ਪੁਆਇੰਟਸ ਲਿਖ ਦਿੱਤੇ ਆ ਕਿ ਇਹਦੇ ਕਿਹੜੇ ਕਿਹੜੇ ਫੈਕਟਰਸ ਆ ਜਿਨ੍ਹਾਂ ਦੇ ਕਰਕੇ ਆਪਾਂ ਇਹਨਾਂ ਟੋਪੋਲੋਜੀਜ਼ ਨੂੰ ਯੂਜ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਗਰ ਆਪਾਂ ਬਹੁਤ ਸਾਰੀਆਂ ਡਿਵਾਈਸਿਸ ਆ, ਇੱਥੇ ਇੱਕ ਹੱਬ ਲੱਗੀ ਹੋਈ ਆ, ਇਹ ਸਾਰੀਆਂ ਡਿਵਾਈਸਿਸ ਇਸ ਦੇ ਨਾਲ ਕਨੈਕਟਡ ਆ ਔਰ ਇਹਨਾਂ ਡਿਵਾਈਸਿਸ ਨੂੰ ਕਨੈਕਟ ਕਰਨ ਦੇ ਲਈ ਜੋ ਵੀ ਟੋਪੋਲੋਜੀ ਯੂਜ਼ ਕੀਤੀ ਗਈ ਆ ਉਸ ਟੋਪੋਲੋਜੀ ਦੀ ਕੋਸਟ ਕਿੰਨੀ ਪਵੇਗੀ, ਇਹ ਡਿਪੈਂਡ ਕਰਦਾ ਆ ਅਗਰ ਆਪਾਂ ਉਹ ਟੋਪੋਲੋਜੀ ਕਿਹੜੀ ਯੂਜ਼ ਕਰ ਰਹੇ ਹਾਂ ਉਸਦੇ ਉੱਤੇ ਡਿਪੈਂਡ ਕਰਦਾ। ਸੋ ਇਸ ਕਰਕੇ ਇਹਦਾ ਇੱਕ ਫੈਕਟਰ ਆ ਕਿ ਇਹਦੇ ਵਿੱਚ ਕੋਸਟ ਜਿਹੜੀ ਆ ਉਹ ਡਿਟੈਕਟ ਹੁੰਦੀ ਆ ਕਿ ਅਗਰ ਅਸੀਂ ਮਲਟੀਪਲ ਡਿਵਾਈਸਿਸ ਨੂੰ ਕੋਈ ਡੇਟਾ ਟ੍ਰਾਂਸਫਰ ਕਰਨਾ ਚਾਹੁੰਦੇ ਹਾਂ ਤਾਂ ਫਿਰ ਉਹਦੀ ਕੋਸਟ ਕਿੰਨੀ ਹੋਵੇਗੀ। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਕੋਸਟ ਵੇਖੀ ਜਾਂਦੀ ਆ, ਉਸ ਤੋਂ ਬਾਅਦ ਇਸਦੀ ਰਿਲਾਇਬਿਲਿਟੀ ਕਿ ਇਹ ਕਿੰਨਾ ਸਕਸੈਸਫੁਲੀ ਜਿਹੜਾ ਆ ਟਰਮੀਨੇਟ ਹੋ ਜਾਂਦਾ ਆ, ਕਿ ਕਿੰਨੀਆਂ ਡਿਵਾਈਸਿਸ ਨੂੰ ਇਹ ਸਕਸੈਸਫੁਲੀ ਡੇਟਾ ਟ੍ਰਾਂਸਫਰ ਕਰ ਸਕਦਾ ਆ ਔਰ ਇਸਦੀ ਬੈਂਡਵਿਡਥ ਕਪੈਸਿਟੀ ਕਿੰਨੀ ਹੁੰਦੀ ਆ, ਇਸਦੀ ਬੈਂਡਵਿਡਥ ਕਿੰਨੀ ਹੋ ਸਕਦੀ ਆ, ਉਹਦੀ ਕਪੈਸਿਟੀ ਕਿੰਨੀ ਹੋ ਸਕਦੀ ਹੈ ਕਿ ਉਹ ਕਿੰਨਾ ਡੇਟਾ ਸੈਂਡ ਕਰ ਸਕਦੀ ਆ, ਉਸ ਤੋਂ ਜ਼ਿਆਦਾ ਕੀ ਡੇਟਾ ਉਹ ਸੈਂਡ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ, ਇਹ ਉਹਦੀ ਬੈਂਡਵਿਡਥ ਕਪੈਸਿਟੀ ਦੇ ਉੱਤੇ ਡਿਪੈਂਡ ਕਰਦਾ ਆ। ਸੋ ਨੈਕਸਟ ਹੈਗਾ ਈਜ਼ ਆਫ ਇੰਸਟਾਲੇਸ਼ਨ ਐਂਡ ਟਰਬਲ ਸ਼ੂਟਿੰਗ। ਦੇਖੋ ਇੰਸਟਾਲ ਕਰਨ ਦੇ ਲਈ ਕਿੰਨਾ ਕਿਹਨੂੰ ਜ਼ਿਆਦਾ ਇਹਦੇ ਆਪਾਂ ਨੂੰ ਈਜ਼ੀ ਹੁੰਦਾ ਆ ਜਾਂ ਕਿੰਨਾ ਕੁ ਜ਼ਿਆਦਾ ਆਪਾਂ ਨੂੰ ਇਹਦੀ ਡਿਫੀਕਲਟੀਜ਼ ਆਉਂਦੀਆਂ ਆ ਜਾਂ ਫਿਰ ਇਹਨੂੰ ਟਰਬਲ ਸ਼ੂਟ ਕਰਨ ਦੇ ਲਈ ਆਪਾਂ ਨੂੰ ਕਿੰਨੀਆਂ ਕੁ ਪ੍ਰੋਬਲਮਸ ਆਉਂਦੀਆਂ ਆ,
ਉਹਨਾਂ ਸਾਰਿਆਂ ਦਾ ਜਿਹੜਾ ਜੋ ਵੀ ਆ ਉਹ ਪਹਿਲਾਂ ਹੀ ਇਹਦੇ ਫੈਕਟਰਸ ਮਤਲਬ ਕਿ ਟੋਪੋਲੋਜੀ ਦੇ ਉੱਤੇ ਹੀ ਡਿਪੈਂਡ ਕਰਦਾ ਹੈ। ਜਿੱਦਾਂ ਕਿ ਆਪਣੇ ਕੋਲ ਡਿਫਰੈਂਟ ਟਾਈਪਸ ਆਫ ਟੋਪੋਲੋਜੀਜ਼ ਆ ਉਹ ਸਾਰੀਆਂ ਡਿਪੈਂਡ ਕਰਦੀਆਂ ਆ ਉਹਦੇ ਅਲੱਗ ਅਲੱਗ ਫੈਕਟਰਸ ਨੇ। ਸੋ ਨੈਕਸਟ ਹੈਗਾ ਸਕੇਲੇਬਿਲਿਟੀ। ਇਸ ਦੀ ਸਕੇਲੇਬਿਲਿਟੀ ਕਿਹੋ ਜਿਹੀ ਹੁੰਦੀ ਹੈ, ਉਹਨੂੰ ਕਿਸ ਤਰ੍ਹਾਂ ਆਪਾਂ ਮੇਜ਼ਰ ਕਰ ਸਕਦੇ ਹਾਂ, ਉਹ ਸਾਰਾ ਡਿਪੈਂਡ ਕਰਦਾ ਆ ਇਹਨਾਂ ਫੈਕਟਰਸ ਦੇ ਉੱਤੇ ਕਿ ਟੋਪੋਲੋਜੀ ਜਿਹੜੀ ਆ ਉਹ ਆਪਣੀ ਕਿੰਨੀ ਕੁ ਜ਼ਿਆਦਾ ਵਧੀਆ ਰਹੇਗੀ ਔਰ ਕਿੰਨੀ ਕੁ ਜ਼ਿਆਦਾ ਨਹੀਂ ਵਧੀਆ ਰਹੇਗੀ, ਕਿਹੜਾ ਨੈਟਵਰਕ ਕਨੈਕਸ਼ਨ ਆਪਾਂ ਯੂਜ਼ ਕਰ ਰਹੇ ਹਾਂ। ਸੋ ਇਹ ਸਾਰੇ ਸੀਗੇ ਉਹਦੇ ਫੈਕਟਰਸ। ਅਤੇ ਨਾਲ ਹੀ ਆਪਾਂ ਇਹਦੀਆਂ ਕੁਛ ਟਾਈਪਸ ਦੇਖ ਲੈਂਦੇ ਕਿ ਟੋਪੋਲੋਜੀ ਦੀਆਂ ਕਿਹੜੀਆਂ ਕਿਹੜੀਆਂ ਟਾਈਪਸ ਨੇ ਅਤੇ ਉਹਨਾਂ ਨੂੰ ਆਪਾਂ ਵਨ ਬਾਏ ਵਨ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਦੇ ਜਾਵਾਂਗੇ। ਸੋ ਦੇਖਦੇ ਹਾਂ ਕਿ ਇਹਦੀਆਂ ਟਾਈਪਸ ਕੀ ਨੇ। ਸੋ ਟੋਪੋਲੋਜੀਜ਼ ਦੀਆਂ ਕਿਹੜੀਆਂ ਕਿਹੜੀਆਂ ਟਾਈਪਸ ਨੇ ਦੇਖੋ, ਟੋਪੋਲੋਜੀ ਦੀ ਫਸਟ ਟਾਈਪ ਹੈਗੀ ਬੱਸ ਐਂਡ ਸੈਕਿੰਡ ਹੈਗੀ ਰਿੰਗ, ਥਰਡ ਹੈਗੀ ਸਟਾਰ, ਫੋਰਥ ਹੈਗੀ ਮੈਸ਼, ਫਿਫਥ ਹੈਗੀ ਟ੍ਰੀ ਐਂਡ ਸਿਕਸਥ ਹੈਗੀ ਹਾਈਬ੍ਰਿਡ। ਸੋ ਇਹ ਹੈਗੀ ਆਪਣੇ ਕੋਲ ਸਿਕਸਥ ਟਾਈਪਸ ਆਫ ਟੋਪੋਲੋਜੀਸ ਜਿਨ੍ਹਾਂ ਨੂੰ ਆਪਾਂ ਵਨ ਬਾਏ ਵਨ ਹਰ ਵੀਡੀਓ ਦੇ ਵਿੱਚ ਡਿਸਕਸ ਕਰਦੇ ਜਾਵਾਂਗੇ ਕਿ ਇਹ ਟੋਪੋਲੋਜੀ ਕਿਹੜੀ ਆ ਅਤੇ ਇਸਦਾ ਕੀ ਕੰਮ ਹੁੰਦਾ ਆ। ਸੋ ਇਹਦੇ ਵਿੱਚ ਜਦੋਂ ਆਪਾਂ ਕੋਈ ਟੋਪੋਲੋਜੀ ਸਿਲੈਕਟ ਕਰ ਲੈਂਦੇ ਹਾਂ ਕੰਪਿਊਟਰ ਨੈਟਵਰਕ ਦੇ ਵਿੱਚ, ਜਦੋਂ ਆਪਾਂ ਕੋਈ ਟੋਪੋਲੋਜੀ ਨੂੰ ਸਿਲੈਕਟ ਕਰ ਲਿਆ ਕਿ ਹਾਂ ਅਸੀਂ ਕੋਈ ਡੇਟਾ ਜਿਹੜਾ ਆ ਵਨ ਇਹਨਾਂ ਡਿਵਾਈਸਿਸ ਥਰੂ ਜਿਹੜਾ ਆ ਡੇਟਾ ਜਿਹੜਾ ਆ ਉਹ ਸੈਂਡ ਕਰਨਾ ਆ। ਇਹ ਕੁਛ ਡਿਵਾਈਸਿਸ ਨੇ, ਇਹਨਾਂ ਨੂੰ ਡੇਟਾ ਸੈਂਡ ਕਰਨਾ ਆ। ਤਾਂ ਉਹਦੇ ਲਈ ਜਦੋਂ ਆਪਾਂ ਕੋਈ ਵੀ ਇਹਨਾਂ ਵਿੱਚੋਂ ਟੋਪੋਲੋਜੀ ਸਿਲੈਕਟ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਜਿਹੜੇ ਆ ਉਹ ਸਟੇਟਸ ਚੈੱਕ ਕੀਤਾ ਜਾਂਦਾ ਕਿ ਇਹਨਾਂ ਡਿਵਾਈਸਿਸ ਦਾ ਸਟੇਟਸ ਕੀ ਆ। ਸੋ ਉਹ ਡਿਪੈਂਡ ਕਰਦਾ ਕਿ ਕਿਹੜੀ ਟੋਪੋਲੋਜੀ ਆ ਉਹਦੇ ਅਕੋਰਡਿੰਗ ਉਹ ਜਿਹੜਾ ਸਟੇਟਸ ਹੁੰਦਾ ਆ। ਸੋ ਸਟੇਟਸ ਨੂੰ ਚੈੱਕ ਕਰਨ ਦੇ ਲਈ ਅਸੀਂ ਜਿਹੜੇ ਦੋ ਪੁਆਇੰਟ ਯੂਜ਼ ਕੀਤੇ ਜਾਂਦੇ ਆ ਪੀਅਰ ਟੂ ਪੀਅਰ। ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੀਆਂ ਡਿਵਾਈਸਿਸ ਹੁੰਦੀਆਂ ਉਹਨਾਂ ਦਾ ਸਾਰੀਆਂ ਦਾ ਇਕੁਅਲ ਸਟੇਟਸ ਹੁੰਦਾ ਆ ਜਦੋਂ ਉਹ ਸ਼ੇਅਰ ਕਰ ਰਹੀਆਂ ਹੁੰਦੀਆਂ ਕੋਈ ਵੀ ਲਿੰਕ। ਸੋ ਇਨ ਦਿਸ ਸਟੇਟਸ ਇਜ਼ ਇਕੁਅਲ ਇਨ ਸ਼ੇਅਰਿੰਗ ਆਫ ਏ ਲਿੰਕ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਸਟੇਟਸ ਹੁੰਦਾ ਹੈ ਇਹਦਾ ਇਕੁਅਲੀ ਜਿਹੜਾ ਆ ਸ਼ੇਅਰ ਹੋ ਜਾਂਦਾ ਆ। ਤੋ ਇਸਦੀਆਂ ਜਿਹੜੀਆਂ ਫੋਰ ਐਗਜ਼ਾਮਪਲ ਇਸਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਮਤਲਬ ਕਿ ਇਸਦੀਆਂ ਕਿਹੜੀਆਂ ਕਿਹੜੀਆਂ ਟੋਪੋਲੋਜੀਜ਼ ਆ ਜਿਹੜੀਆਂ ਕਿ ਇਕੁਅਲੀ ਸਟੇਟਸ ਜਿਹੜਾ ਆ ਦਿੰਦੀਆਂ ਜਦੋਂ ਕਿ ਉਹਦੇ ਵਿੱਚ ਜਿਹੜਾ ਆ ਲਿੰਕ ਸ਼ੇਅਰ ਹੋ ਰਿਹਾ ਹੁੰਦਾ ਆ। ਤਾਂ ਇਹਦੇ ਵਿੱਚ ਜਿਹੜੀਆਂ ਹੁੰਦੀਆਂ ਆ ਫਸਟ ਹੈਗੀ ਇਹਦੇ ਵਿੱਚ ਰਿੰਗ ਔਰ ਸੈਕਿੰਡ ਇਹਦੇ ਵਿੱਚ ਹੈਗੀ ਆ ਰਿੰਗ ਐਂਡ ਮੈਸ਼। ਇਹ ਦੋ ਟੋਪੋਲੋਜੀਜ਼ ਜਿਹੜੀਆਂ ਆ ਇਕੁਅਲੀ ਸਟੇਟਸ ਦਿੰਦੀਆਂ ਆ ਜਦੋਂ ਵੀ ਆਪਾਂ ਕੋਈ ਲਿੰਕ ਸ਼ੇਅਰ ਕਰਦੇ ਹਾਂ ਔਰ ਸੈਕਿੰਡ ਹੈਗੀ ਇਹਦੇ ਵਿੱਚ ਪ੍ਰਾਇਮਰੀ ਸੈਕੰਡਰੀ। ਪ੍ਰਾਇਮਰੀ ਸੈਕੰਡਰੀ ਦੇ ਵਿੱਚ ਕੀ ਹੁੰਦਾ ਆ, ਇਹਦੇ ਵਿੱਚ ਵਨ ਡਿਵਾਈਸ ਜਿਹੜੀ ਆ ਵਨ ਮਤਲਬ ਕਿ ਵਨ ਟੋਪੋਲੋਜੀ ਜਿਹਦੀ ਵਨ ਨੋਡ ਹੁੰਦੀ ਹੈ ਇਹਦੇ ਵਿੱਚ ਉਹ ਕੀ ਹੈ ਟ੍ਰੈਫਿਕ ਕੰਟਰੋਲ ਕਰਦੀ ਆ ਅਤੇ ਬਾਕੀ ਜਿਹੜੀਆਂ ਡਿਵਾਈਸਿਸ ਹੁੰਦੀਆਂ ਆ ਉਹ ਉਹਨਾਂ ਦਾ ਜਿਹੜਾ ਡੇਟਾ ਹੈ ਉਹ ਪ੍ਰਾਇਮਰੀ ਡਿਵਾਈਸ ਦੇ ਥਰੂ ਜਿਹੜਾ ਆ ਸੈਂਡ ਕਰਦੀ ਰਹਿੰਦੀ ਆ। ਸੋ ਇਹਦੇ ਵਿੱਚ ਕੀ ਹੁੰਦਾ ਆ ਵਨ ਡਿਵਾਈਸ ਕੰਟਰੋਲ ਦ ਟ੍ਰੈਫਿਕ ਐਂਡ ਅਦਰਸ ਟ੍ਰਾਂਸਮਿਟ ਥਰੂ ਟ੍ਰਾਂਸਮਿਟ ਹੁੰਦੀਆਂ ਆ ਥਰੂ ਦਾ ਪ੍ਰਾਇਮਰੀ ਡਿਵਾਈਸਿਸ ਦੇ ਥਰੂ ਜਿਹੜਾ ਆ ਇਹਦੇ ਵਿੱਚ ਡੇਟਾ ਉਹ ਸੈਂਡ ਹੁੰਦਾ ਰਹਿੰਦਾ ਹੈ। ਵਨ ਡਿਵਾਈਸ ਓਨਲੀ ਜਿਹੜੀ ਵਨ ਡਿਵਾਈਸ ਆ ਉਹ ਕੰਟਰੋਲ ਕਰਦੀ ਆ ਟ੍ਰੈਫਿਕ ਨੂੰ ਪ੍ਰਾਇਮਰੀ ਡਿਵਾਈਸ। ਔਰ ਇਹਦੀ ਐਗਜ਼ਾਮਪਲ ਹੈਗੀ ਆ ਇਹਦੀ ਜਿਹੜੀ ਇਹਦੇ ਵਿੱਚ ਜਿਹੜੀ ਟੋਪੋਲੋਜੀ ਵਰਕ ਕਰਦੀ ਆ ਉਹ ਹੈਗੀ ਆ ਸਟਾਰ ਟੋਪੋਲੋਜੀ। ਸੋ ਇਹ ਸੀਗਾ ਆਪਣਾ ਅੱਜ ਦਾ ਟੋਪੋਲੋਜੀ ਦਾ ਟੋਪਿਕ। ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਬਸ ਟੋਪੋਲੋਜੀ ਕੀ ਹੁੰਦੀ ਆ ਅਤੇ ਉਸਦੇ ਕੀ ਕੰਮ ਨੇ ਅਤੇ ਉਸਦੀਆਂ ਕੀ ਐਡਵਾਂਟੇਜਿਸ ਔਰ ਡਿਸਐਡਵਾਂਟੇਜਿਸ ਆ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ। ਥੈਂਕ ਯੂ ਸੋ ਮੱਚ।